ਇਤੋਂ ਦੀਆਂ ਕਾਲਜ ਯੂਨੀਵਰਸਟੀਆਂ ਵੱਡੀ ਗਿਣਤੀ ਦੇ ਵਿੱਚ ਬੱਚੇ ਬਾਹਰੋਂ ਇੱਥੇ ਪੜਨ ਆਉਂਦੇ ਨੇ ਇੱਥੋਂ ਵਾਲੇ ਬੱਚੇ ਹੋਰ ਕਿਤੇ ਬਾਹਰ ਵੀ ਪੜਨ ਜਾਂਦੇ ਨੇ ਉਹ ਇੱਕ ਚਿਰੋਂ ਅਲੱਗ ਇਸ਼ੂ ਹੈ ਸਾਡਾ ਇੱਕ ਉਹ ਵੱਖਰਾ ਮਸਲਾ ਹੈ ਪਰ ਉਹਦੇ ਨਾਲ ਹੀ ਜਿਹੜੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਨਾਲ ਗਿਣਤੀ ਵਧਨ ਦੇ ਨਾਲ ਜਿਹੜੀ ਕਾਲਜਾਂ ਦੀ ਗਿਣਤੀ ਵਧੀ ਹੈ ਜਿਹੜੀ ਯੂਨੀਵਰਸਟੀਆਂ ਦੀ ਗਿਣਤੀ ਵਧੀ ਹੈ ਜਿੰਨੂੰ ਕਿ ਇਮੀਗ੍ਰੇਸ਼ਨ ਨੇ ਰੀਸੈਂਟਲੀ ਇੱਕ ਬਹੁਤ ਵੱਡਾ ਜਿਹੜਾ ਆ ਉਹ ਮੁੱਦਾ ਬਣਾ ਦਿੱਤਾ ਕਿ ਪ੍ਰਾਈਵੇਟ ਕਾਲਜ ਕਿਸ ਤੰਗ ਤਰੀਕੇ ਨਾਲ ਚੱਲ ਰਹੇ ਨੇ ਸਰਕਾਰ ਬੰਦ ਕਰੇਗੀ ਉਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਕਿੰਦਾ ਸਾਰਾ ਕੁਝ ਚੱਲ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਇਨ੍ਹਾਂ ਚਰਚਾਵਾਂ ਅਸੀਂ ਆਮ ਖਬਰਾਂ ਦੇ ਵਿੱਚ ਸੁਣਦੇ ਪਏ ਆ ਪਰ ਅਮਰੀਕਾ ਵਾਲੇ ਪਾਸੇ ਵੀ ਦੇਖੋ ਬਹੁਤ ਵੱਡੇ ਕਾਲਜ ਯੂਨੀਵਰਸਿਟੀ ਨੇ ਉੱਥੋਂ ਦੀ ਕੱਲੀ ਕੱਲੀ ਯੂਨੀਵਰਸਿਟੀ ਕੈਨੇਡਾ ਦੀ ਕੱਲੀ ਕੱਲੀ ਸਟੇਟ ਜਿੰਨਾ ਬਜਟ ਰੱਖਦੀ ਆ ਆਮ ਅਸੀਂ ਗੱਲਾਂ ਬਾਤਾਂ ਸੁਣਦੇ ਆ ਤੇ ਹੈਰਾਨ ਹੋ ਜਾਈਦਾ ਉਹਨਾਂ ਦੀਆਂ ਫੰਡਿੰਗਸ ਉਹਨਾਂ ਦੀਆਂ ਡੋਨੇਸ਼ਨ ਸੁਣ ਕੇ ਕਿ ਅਸੀਂ ਤੇ ਚੰਦ ਹਜ਼ਾਰ ਡਾਲਰਾਂ ਨੂੰ ਬਹੁਤ ਵੱਡੀ ਡੋਨੇਸ਼ਨ ਮੰਨ ਲੈਂਦੇ ਆ ਫਿਰ ਅਸੀਂ ਚੰਦ ਲੱਖ ਡਾਲਰਾਂ ਨੂੰ ਬਹੁਤ ਵੱਡੀ ਡੋਨੇਸ਼ਨ ਮੰਨ ਲੈਂਦੇ ਆ ਉਨਿਸਟੋਮੀ ਅੱਗੇ ਦੀ ਗੱਲ ਚੰਦ ਮਿਲੀਅਨਸ ਨੂੰ ਅਸੀਂ ਬਹੁਤ ਵੱਡੀ ਡੋਨੇਸ਼ਨ ਮੰਨ ਲਾਂਗੇ ਸੈਂਕੜੇ ਮਿਲੀਅਨ ਨੂੰ ਵੱਡੀ ਡੋਨੇਸ਼ਨ ਮੰਨ ਲਾਂਗੇ ਪਰ ਕਦੀ ਬਿਲੀਅਨ ਡਾਲਰਾਂ ਦੇ ਵਿੱਚ ਵੀ ਡੋਨੇਸ਼ਨ ਸੁਣੀਆਂ ਹੋਣਗੀਆਂ ਜੀ ਅਮਰੀਕਾ ਤੋਂ ਤੇ ਅਜਿਹਾ ਕੁਝ ਵੀ ਸੁਣਨ ਨੂੰ ਮਿਲਦਾ ਨਾ ਬਿਲਕੁਲ ਜੀ ਜਿਹੜੀ ਇਹ ਲੇਟੈਸਟ ਨਿਊਜ਼ ਹੈ ਉਹ ਇਹ ਹੈ ਕਿ ਇੱਕ 93 ਸਾਲਾ ਵਿਧਵਾ ਔਰਤ ਰੁਥ ਗੋਟਸਮਨ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਲੌਂਗ ਲੰਬੇ ਸਮੇਂ ਤੋਂ ਪ੍ਰੋਫੈਸਰ ਸੀ ਉਹਨਾਂ ਨੇ 1 ਬਿਲੀਅਨ ਡਾਲਰ ਅਮਰੀਕਾ ਨੇ 1 ਬਿਲੀਅਨ ਡਾਲਰ ਵਿਦ ਬੀ 1 ਕੇ ਦੇ ਨਾਲ 1 ਕੇ ਦੇ ਨਾਲ 9 ਜ਼ੀਰੋਆਂ ਲੱਗਦੀਆਂ ਨੇ ਬਿਲੀਅਨ ਦੇ ਵਿੱਚ ਹਮ ਉਹਨਾਂ ਨੇ 1 ਬਿਲੀਅਨ ਡਾਲਰ ਐਲਬਰਟ ਆਇਨਸਟਾਈਨ ਕਾਲਜ ਆਫ ਮੈਡੀਸਨ ਉਹਨੂੰ ਡੋਨੇਟ ਕੀਤਾ ਤੇ ਇਹ ਕਾਲਜ ਆ ਜਿਹੜਾ 1993 ਚ ਬਣਿਆ ਸੀ ਇਸ ਔਰਤ ਦੇ ਹਸਬੰਡ ਵਾਲ ਸਟਰੀਟ ਦੇ ਉੱਤੇ ਵੈਰਨ ਬਫੇ ਦੀ ਕੰਪਨੀ ਦੇ ਵਿੱਚ ਉਹਨਾਂ ਨੇ ਇਨਵੈਸਟ ਕੀਤਾ ਹੋਇਆ ਸੀ ਓਕੇ ਪਰ 1 ਬਿਲੀਅਨ ਡਾਲਰ ਉਹਨਾਂ ਨੇ ਇਸ ਕਰਕੇ ਡੋਨੇਟ ਕੀਤਾ ਕਿ ਵਿਦਿਆਰਥੀਆਂ ਨੂੰ ਕੋਈ ਫੀਸ ਨਾ ਦੇਣੀ ਪਵੇ ਹਮਮ ਆਮ ਤੌਰ ਤੇ ਮੈਡੀਕਲ ਕਾਲਜ ਦੇ ਵਿੱਚ 1 ਸਾਲ ਦੀ ਫੀਸ ਘੱਟੋ ਘੱਟ 60000 ਡਾਲਰ ਹੈ ਜਦੋਂ ਸਟੂਡੈਂਟਸ ਉੱਥੋਂ ਗ੍ਰੈਜੂਏਟ ਹੋ ਕੇ ਬਾਹਰ ਨਿਕਲਦੇ ਨੇ ਅਤੇ ਸਟੂਡੈਂਟਸ ਦੇ ਉੱਤੇ 2 ਲੱਖ ਤੋਂ ਵੱਧ ਦਾ ਕਰਜ਼ਾ ਆਉਂਦਾ ਹੈ ਹਮ ਉਹ ਕਹਿੰਦੇ ਕਿ ਸਟੂਡੈਂਟਸ ਨੂੰ ਫੀਸ ਮਾਫ ਜਿੰਨੇ ਵੀ ਸਟੂਡੈਂਟ ਪੜਦੇ ਨੇ ਤੇ ਪੜਨਗੇ ਫਿਊਚਰ ਚ ਤੇ ਜਿਹੜੇ ਕਰੰਟ 4th ਇਅਰ ਦੇ ਫਾਈਨਲ ਇਅਰ ਦੇ ਸਟੂਡੈਂਟ ਨੇ ਉਹਨਾਂ ਨੂੰ 2024 ਦੇ ਸੈਮੈਸਟਰ ਦੀ ਫੀਸ ਵੀ ਰਿਫੰਡ ਕਰ ਦਾਂਗੇ ਤੋ ਇਹ ਸਾਰੀ ਫੀਸ ਦੇਣਗੇ ਇਹ ਕਾਲੋ ਸਾਹਿਬ ਵਨ ਆਫ ਦਾ ਲਾਰਜੈਸਟ ਜੀ ਡੋਨੇਸ਼ਨ ਆ ਮੈਡੀਕਲ ਕਾਲਜ ਨੂੰ ਅਮਰੀਕਾ ਦੇ ਵਿੱਚ ਸ਼ਾਇਦ ਦੁਨੀਆ ਦੇ ਵਿੱਚ ਤੇ ਇਸ ਤੋਂ ਪਹਿਲਾਂ ਇੱਕ ਵਾਰੀ 2018 ਦੇ ਵਿੱਚ ਨਿਊਯਾਰਕ ਦੇ ਪੁਰਾਣੇ ਮੇਅਰ ਮਾਈਥਲ ਬਲੂਮਬਰਗ ਉਹਨਾਂ ਨੇ 1.8 ਬਿਲੀਅਨ ਡਾਲਰ ਜੌਨ ਹੌਪਕਨ ਯੂਨੀਵਰਸਿਟੀ ਨੂੰ ਦਿੱਤਾ ਸੀਗਾ ਅੱਛਾ ਜੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੇ ਵਿਦਿਆਰਥੀ ਉਥੇ ਪੜ੍ਹਦੇ ਨੇ ਉਹਨਾਂ ਦੀ ਅਬਿਲਿਟੀ ਤੇ ਕੁਆਲਿਟੀ ਆਫ ਵਰਕ ਉਹਦੇ ਕਰਕੇ ਉਹਨਾਂ ਨੂੰ ਡੋਨੇਸ਼ਨ ਦਿੱ ਉਹਨਾਂ ਨੇ ਉਹਦੇ ਕਰਕੇ ਐਡਮਿਸ਼ਨ ਮਿਲਣੀ ਚਾਹੀਦੀ ਹੈ ਨਾ ਕਿ ਇਹ ਦੇਖ ਕੇ ਕਿ ਉਹਨਾਂ ਦੀ ਜੇਬਾਂ ਕਿੱਡੀਆਂ ਵੱਡੀਆਂ ਨੇ ਕੀ ਉਹ ਇੰਨੇ ਜ਼ਿਆਦਾ ਪੈਸੇ ਕਿਉਂਕਿ ਮੈਡੀਕਲ ਦੀ ਪੜ੍ਹਾਈ ਮਹਿੰਗੀ ਪੜੀ ਹੁੰਦੀ ਹੈ ਇਹਦੇ ਖਰਚਾ ਪੇ ਕਰ ਸਕਦੇ ਨੇ ਕਿ ਨਹੀਂ ਜੀ ਇਹਦੇ ਬਜਾਏ ਉਹਨਾਂ ਦੀ ਮੈਰਿਟ ਤੇ ਅਬਿਲਿਟੀ ਦੇ ਆਧਾਰ ਦੇ ਉੱਤੇ ਤੇ ਇੱਕ ਹੋਰ ਚੀਜ਼ ਇੱਥੇ ਵੱਖਰੀ ਇਹ ਹੈ ਕਿ ਜਿਹੜਾ ਇਹ ਡੋਨੇਸ਼ਨ ਦਿੱਤਾ ਇਹ ਕਾਲਜ ਆ ਜਿਹੜਾ ਐਲਬਰਟ ਆਇਨਸਟਾਈਨ ਮੈਡੀਸਨ ਦਾ ਕਾਲਜ ਇਹ ਬ੍ਰੌਂਕਸ ਬੋਰੋ ਦੇ ਵਿੱਚ ਹੈ ਬ੍ਰੌਂਕਸ ਆ ਜਿਹੜਾ ਉਹ ਇੱਕ ਗਰੀਬ ਤੇ ਪਛੜਿਆ ਹੋਇਆ ਲੋਕਾਂ ਦਾ ਏਰੀਆ ਹੈ ਇਹ ਕਹਿ ਸਕਦੇ ਆਪਾਂ ਤੇ ਉਸ ਏਰੀਆ ਦੇ ਵਿੱਚ ਇਸ ਕਾਲਜ ਨੂੰ ਦਿੱਤਾ ਆਮ ਤੌਰ ਤੇ ਜਿੰਨੇ ਵੀ ਮਿਲੀਅਨਰ ਨੇ ਜਾਂ ਅਮੀਰ ਲੋਕ ਨੇ ਉਹਨਾਂ ਨੇ ਸ਼ਾਇਦ ਮਿਲੀਅਨਸ ਆਫ ਡਾਲਰਸ ਡੋਨੇਸ਼ਨ ਦਿੱਤੇ ਹੋਣਗੇ ਪਹਿਲਾਂ ਪਰ ਉਹਨਾਂ ਨੇ ਸਾਰਿਆਂ ਨੇ ਜਿਹੜੇ ਰਿਚ ਏਰੀਆਜ਼ ਨੇ ਅਫਲੂਐਂਟ ਕਮਿਊਨਿਟੀਆਂ ਨੇ ਉੱਥੇ ਡੋਨੇਟ ਕਰਦੇ ਰਹੇ ਨੇ ਪਰ ਇਸ ਔਰਤ ਨੇ ਇੱਕ ਗਰੀਬ ਤੇ ਪਛੜੇ ਹੋਏ ਇਲਾਕੇ ਦੇ ਵਿੱਚ ਪੈਸੇ ਦਿੱਤੇ ਨੇ ਨਿਊਯਾਰਕ ਏਰੀਆ ਦੇ ਵਿੱਚ ਮਤਲਬ ਪਈਆਂ ਚਤੇ ਦਾ ਕੋਈ ਹਿਸਾਬ ਰੱਖਣਾ ਬੜਾ ਔਖਾ ਹੋ ਜਾਂਦਾ ਹੈ ਨਾ ਕਨਵਰਸ਼ਨ ਰੇਟ ਮੇਰੇ ਖਲ 82 ਤੇ 80 ਰੁਪਏ ਨੂੰ ਜਿਹੜਾ ਇਸ ਵਕਤ ਯੂਐਸ ਡਾਲਰ ਦਾ ਚੱਲਦਾ ਪਿਆ ਨੂੰ ਸਮਝ ਨਹੀਂ ਲੱਗਦੀ ਸੀ ਕਿ ਇਹ 8000 ਕਰੋੜ ਬਣਿਆ ਹੋਊਗਾ ਫਿਰ 8000 ਮਤਲਬ 8200 ਕਰੋੜ ਰੁਪਈਆ ਬਣ ਜਾਂਦਾ ਮੈਨੂੰ ਲੱਗਦਾ ਹੈ ਹਿਸਾਬ ਨਾ ਹਾਂਜੀ ਬਿਲਕੁਲ ਇੰਨਾ ਹੀ ਬਣ ਜਾਂਦਾ ਹੋਣਾ ਜੀ ਰਕਮ ਬੜੀ ਵੱਡੀ ਹੈ ਪਰ ਆਪਣੇ ਆਪਣੇ ਜਿਹੜੇ ਦਰਸ਼ਕ ਨੇ ਬੜੇ ਸੂਝੂ ਸੂਝਵਾਨ ਨੇ ਸ਼ਾਇਦ ਕੈਲਕੂਲੇਟਰ ਨਾਲ ਆਪਣੇ ਆਪ ਕੈਲਕੂਲੇਟ ਕਰ ਲੈਣਗੇ ਉਹ ਅਸੀਂ ਬਾਕੀ ਡਲਰਾਂ ਨੂੰ ਰੁਪਈਆਂ ਚ ਤੇ ਰੁਪਈਆਂ ਨੂੰ ਡਲਰਾਂ ਚ ਝਾਤੀ ਕਨਵਰਟ ਕਰ ਹੀ ਲੈਨੇ ਵੈਸੇ ਨਾ 60 ਨਾਲ ਗੁਣਾ ਕਰਨਾ ਨੇ 60 ਨਾਲ ਡਿਵਾਈਡ ਕਰਨਾ ਇਹ ਅਸੀਂ ਜਦੋਂ ਅਸੀਂ ਇੰਡੀਆ ਨੂੰ ਜਾਣੇ ਉਦੋਂ ਅਸੀਂ ਗੁਣਾ ਕਰਕੇ ਵੀ ਵੇਖਦੇ ਜੇ ਉਧਰੋਂ ਇਧਰੋਂ ਆਉਣੇ ਤੇ ਫਿਰ ਅਸੀਂ ਡਿਵਾਈਡ ਕਰ ਕਰਕੇ ਵੀ ਵੇਖਦੇ ਹਾਂ ਕੈਲਕੂਲੇਟਰ ਇਹਨੇ ਕਿਤੇ ਚੱਲਦੇ ਰਹਿੰਦੇ ਰਕਮ ਵੱਡੀ ਹੈ ਮੈਂ ਕਿਹਾ ਤੁਹਾਡਾ ਸਾਥ ਲੈ ਲਈਏ ਵੈਸੇ ਇਹ ਕਿੱਡੀ ਹੈਰਾਨਗੀ ਵਾਲੀ ਗੱਲ ਹੈ ਇਟ ਇਟ ਵੱਡੇ ਬਜਟਸ ਵੀ ਜਿਹ ਇਹਨਾਂ ਯੂਨੀਵਰਸਟੀਆਂ ਨੂੰ ਸਰਕਾਰੀ ਤੌਰ ਤੇ ਵੀ ਮਿਲਦੀ ਨਾ ਰਿਸਰਚ ਸੈਂਟਰ ਕਿੱਡੇ ਵੱਡੇ ਗ੍ਰੈਲਸਾ ਬਣੇ ਹੁੰਦੇ ਨੇ ਅਮਰੀਕਨ ਯੂਨੀਵਰਸਟੀਆਂ ਦੇ ਵਿੱਚ ਆਮ ਸਰਕਾਰਾਂ ਦੇ ਨੇ ਬਜਟ ਨਹੀਂ ਹੁੰਦੇ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਅੱਛਾ ਦੂਜੇ ਪਾਸੇ ਜਦੋਂ ਅਸੀਂ ਕੈਨੇਡਾ ਅਮਰੀਕਾ ਦੀਆਂ ਕਾਲਜ ਯੂਨੀਵਰਸਟੀਆਂ ਦੇਖਦੇ ਹਾਂ ਤੇ ਇੱਧਰ ਹਾਲਤ ਬਹੁਤ ਮਾੜੇ ਲੱਗਦੇ ਆ ਰੀਸੈਂਟਲੀ ਯਾਰਕ ਯੂਨੀਵਰਸਿਟੀ ਜਿਹੜੀ ਆ ਉਹ ਹੜਤਾਲ ਕਰਦੀ ਪਈ ਆ 3000 ਕਰਮਚਾਰੀ ਹੜਤਾਲ ਤੇ ਨੇ ਵਿਦਿਆਦਾਰੀਆਂ ਨੂੰ ਸਟਰਗਲ ਕਰਨਾ ਪੈ ਰਿਹਾ ਕਈ ਚੀਜ਼ਾਂ ਵਾਸਤੇ ਤੇ ਅਸੀਂ ਫਿਰ ਕੀ ਆਸ ਰੱਖਦੇ ਹਾਂ ਜੀ ਦੇਸ਼ ਕੋਲ ਬਿਲਕੁਲ ਦੇਖੋ ਜਿਹੜੇ ਕੈਨੇਡਾ ਦੇ ਫਾਈਨੈਂਸ਼ੀਅਲ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਜਿੱਦਾਂ 온ਟਾਰੀਓ ਦੇ ਵਿੱਚ ਇੱਕ ਵਾਰੀ ਫੰਡਿੰਗ ਘਟਾ ਦਿੱਤੀ ਗਈ ਜਿਹੜੇ ਡੋਮੈਸਟਿਕ ਸਟੂਡੈਂਟਸ ਨੇ ਉਹਨਾਂ ਦੀ ਫੀਸ ਵੀ 10% ਦੇ ਕਰੀਬ ਘਟਾ ਦਿੱਤੀ ਇੰਟਰਨੈਸ਼ਨਲ ਸਟੂਡੈਂਟਸ ਜਿਹਨੂੰ ਕੈਸ਼ ਕਾਉ ਸਮਝਿਆ ਜਾਂਦਾ ਹੈ ਯੂਨੀਵਰਸਿਟੀਆਂ ਦਾ ਚਾਹੇ ਉਹ ਪ੍ਰਾਈਵੇਟ ਇੰਸਟੀਟਿਊਸ਼ਨ ਨੇ ਚਾਹੇ ਪਬਲਿਕ ਇੰਸਟੀਟਿਊਸ਼ਨ ਨੇ ਜੀ ਉਹਨਾਂ ਦੇ ਵਿੱਚ ਤੇ ਜਦੋਂ ਉਹਨੇ EMPLOYEES ਉੱਥੇ ਉਹਨਾਂ ਨੂੰ ਤਨਖਾਹਾਂ ਨਹੀਂ ਪ੍ਰੋਪਰ ਮਿਲ ਰਹੀਆਂ ਗਵਰਨਮੈਂਟ ਦੀ ਫੰਡਿੰਗ ਨਹੀਂ ਮਿਲ ਰਹੀ ਤਾਂ ਉਹ ਸਟ੍ਰਾਈਕ ਕਰ ਰਹੇ ਨੇ ਹੂੰ ਬਿਲਕੁਲ ਠੀਕ ਹੈ ਅੱਛਾ ਹੁਣ ਰੀਸੈਂਟ ਜਿਹੜੀ ਰਿਪੋਰਟਸ ਆਈਆਂ ਸੀ ਪ੍ਰਾਈਵੇਟ ਕਾਲਜਸ ਨੂੰ ਲੈ ਕੇ ਕੈਨੇਡਾ ਦੇ ਪ੍ਰਾਈਵੇਟ ਕਾਲਜਸ ਨੂੰ ਜਾਂ ਯੂਨੀਵਰਸਿਟੀਆਂ ਨੂੰ ਲੈ ਕੇ ਕਿ ਇਹਦੇ ਵਿੱਚ ਹੁਣ ਦਾਖਲੇ ਘਟਾਏ ਜਾਣਗੇ ਇਹਨਾਂ ਨੂੰ ਬੰਦ ਹੋਣਗੇ ਨਵੇਂ ਨਹੀਂ ਖੁੱਲਣਗੇ ਉਹ ਸਾਰੇ ਕੁਝ ਮਸਲੇ ਨੂੰ ਕਿਵੇਂ ਜੋੜਦੇ ਹੋ ਹੁਣ ਨਵੇਂ-ਨਵੇਂ ਹੋਰ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਸਰਕਾਰ ਨੇ ਹੋ ਸਕਦਾ ਹੈ ਪੱਲਾ ਹੀ ਝਾੜਿਆ ਹੋਏ ਆਪਣਾ ਬਿਲਕੁਲ ਦੇਖੋ ਜਦੋਂ ਸਟੂਡੈਂਟਸ ਦੇ 2 ਸਾਲ ਦਾ ਬੈਨ ਲੱਗਿਆ ਇੰਟਰਨੈਸ਼ਨਲ ਜਿਹੜੇ ਸਟੂਡੈਂਟਸ ਆਉਂਦੇ ਨੇ ਕੈਨੇਡਾ ਚ ਤਾਂ ਉਸ ਟਾਈਮ ਦੇ ਉੱਤੇ ਇਹ ਇੱਕ ਭਾਵਨਾ ਕ੍ਰੀਏਟ ਕੀਤੀ ਗਈ ਸੀ ਇਮਪ੍ਰੈਸ਼ਨ ਕ੍ਰੀਏਟ ਕੀਤਾ ਗਿਆ ਕਿ ਜਿਹੜੇ ਪ੍ਰਾਈਵੇਟ ਕਾਲਜਸ ਨੇ ਉਹ ਕੈਸ਼ ਕਾਓ ਨੇ ਉਹ ਸਟੂਡੈਂਟਸ ਨੂੰ ਗਲਤ ਤਰੀਕਿਆਂ ਦੇ ਨਾਲ ਉਹਨਾਂ ਤੋਂ ਪੈਸੇ ਬਣਾ ਰਹੇ ਨੇ ਤੇ ਸਟੂਡੈਂਟਸ ਧੜਾ ਧੜਾ ਆਈ ਜਾ ਰਹੇ ਨੇ ਘਰਾਂ ਦੀਆਂ ਕੀਮਤਾਂ ਜਿਹੜੀਆਂ ਵਧੀਆਂ ਨੇ ਉਹ ਸਟੂਡੈਂਟਾਂ ਦੇ ਲੇਖੇ ਲਾਈਆਂ ਗਈਆਂ ਪਰ ਜਦੋਂ ਉਹ ਹੁਣ ਉਹ ਡਾਟਾ ਅੱਜ ਦਾ ਜਿਹੜਾ ਰਿਲੀਜ਼ ਹੋਇਆ ਹੈ ਇਹਦੇ ਮੁਤਾਬਕ ਕਈ ਚੀਜ਼ਾਂ ਬੜੀਆਂ ਹੈਰਾਨੀ ਵਾਲੀਆਂ ਨੇ ਉਹਦੇ ਵਿੱਚ ਇਹ ਕਿਹਾ ਗਿਆ ਕਿ 30% ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਆਂ ਹਮ ਉਹ ਉਹ ਨੇ ਜਿਨ੍ਹਾਂ ਦੇ ਵਿੱਚ ਸਟੂਡੈਂਟ ਪਰਮਿਟ ਸਾਰਿਆਂ ਨੂੰ ਵੱਧ ਮਿਲਦੇ ਨੇ ਉਹ 10 ਕਾਲਜਸ ਨੇ ਉਹ ਪਬਲਿਕ ਇੰਸਟੀਚਿਊਸ਼ਨ ਉਹਨਾਂ ਦੇ ਵਿੱਚੋਂ ਸਾਰੇ ਨੇ ਪਰ ਪ੍ਰਾਈਵੇਟ ਇੰਸਟੀਚਿਊਸ਼ਨ ਇੱਕੋ ਹੀ ਹੈ ਹਮ ਇਸੇ ਤਰ੍ਹਾਂ ਕਿਹਾ ਗਿਆ ਹੈ ਕਿ 12 온ਟਾਰੀਓ ਦੇ ਪਬਲਿਕ ਕਾਲਜਸ ਉਹ ਤਿੰਨ ਗੁਣਾ ਵਰਕ ਪਰਮਿਟ 218 ਦੇ ਵਿੱਚ ਉਹਨਾਂ ਨੇ ਸਟੂਡੈਂਟਸ ਨੂੰ ਦਿੱਤੇ। ਫਿਰ ਇਹ ਕਿਹਾ ਗਿਆ ਕਿ 30 ਕਾਲਜਸ ਨੇ ਤੇ ਯੂਨੀਵਰਸਿਟੀਆਂ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਸਟੂਡੈਂਟ ਪਰਮਿਟ ਉਹਨਾਂ ਨੇ ਇਸ਼ੂ ਕੀਤੇ ਨੇ ਉਹਨਾਂ ਦੇ ਵਿੱਚੋਂ ਜਿਹੜੀ ਟੌਪ ਦੀਆਂ ਨੇ ਉਹਨਾਂ ਦੇ ਵਿੱਚੋਂ ਸਾਰੀਆਂ ਪਬਲਿਕ ਕਾਲਜਸ ਜਾਂ ਯੂਨੀਵਰਸਿਟੀਆਂ ਨੇ ਤੇ ਸਿਰਫ ਇੱਕ ਪ੍ਰਾਈਵੇਟ ਹੈ। ਮੈਂ ਇੱਥੇ ਦੱਸ ਦੇਵਾਂ ਕਿ ਕਾਲਜ ਪਬਲਿਕ ਤੇ ਪ੍ਰਾਈਵੇਟ ਉਹਨਾਂ 'ਚ ਫਰਕ ਕੀ ਆ ਹੋ ਸਕਦਾ ਲੋਕ ਇਹ ਦੀ ਸੋਚਣ। ਜਿਹੜੇ ਪਬਲਿਕ ਇੰਸਟੀਟਿਊਸ਼ਨਸ ਨੇ education ਦੇ ਉਹਨਾਂ ਨੂੰ ਫੰਡਿੰਗ ਫੈਡਰਲ ਜਾਂ ਪ੍ਰੋਵਿੰਸ਼ਲ ਗਵਰਨਮੈਂਟ ਵੱਲੋਂ ਦਿੱਤੀ ਜਾਂਦੀ ਹੈ ਭਾਵ ਗਵਰਨਮੈਂਟ ਉਹਨਾਂ ਨੂੰ ਫਾਈਨਾਂਸ ਕਰਦੀ ਹੈ ਜਿਹੜੇ ਪ੍ਰਾਈਵੇਟ ਇੰਸਟੀਚਿਊਸ਼ਨ ਨੇ ਉਹਨਾਂ ਨੂੰ ਗਵਰਨਮੈਂਟ ਦਾ ਕੋਈ ਪੈਸਾ ਨਹੀਂ ਮਿਲਦਾ ਉਹ ਸਿਰਫ ਫੀਸਾਂ ਦੇ ਉੱਤੇ ਗੁਜ਼ਾਰਾ ਕਰਦੇ ਨੇ ਸੋ ਕੈਨੇਡਾ ਦੇ ਵਿੱਚ 1.8 ਮਿਲੀਅਨ ਸਟੂਡੈਂਟ ਨੇ 1300 ਕਾਲਜਸ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਨੇ ਤੇ ਜੇ ਅਸੀਂ ਦੇਖੀਏ ਪਿਛਲੇ ਸਾਲ 435000 ਸਟੂਡੈਂਟ ਆਏ ਉਹਨਾਂ ਚੋਂ 40% ਸਟੂਡੈਂਟ 온ਟਾਰੀਓ ਦੇ ਵਿੱਚ ਆਏ ਹੁਣ ਜਿਹੜਾ ਅੱਜ ਦਾ ਇਹ ਡਾਟਾ ਰਿਲੀਜ਼ ਹੋਇਆ ਐ ਐਕਸੈਸ ਟੂ ਇਨਫੋਰਮੇਸ਼ਨ ਦੇ ਬੇਸਿਸ ਤੇ ਸੀਬੀਸੀ ਨੇ ਸ਼ਾਇਦ ਇਹ ਡਾਟਾ ਦੀ ਰਿਕੁਐਸਟ ਪਾਈ ਸੀ ਤੇ ਹੁਣ ਇਹ ਡਾਟਾ ਪਬਲਿਕ ਜਾਰੀ ਕੀਤਾ ਗਿਆ ਇਸ ਡਾਟਾ ਦੇ ਮੁਤਾਬਕ ਇਹ ਜਿਹੜੇ ਤੱਥ ਸਾਹਮਣੇ ਆਏ ਨੇ ਇਹ ਸ਼ੋ ਕਰਦੇ ਨੇ ਕਿ ਪਬਲਿਕ ਇੰਸਟੀਚਿਊਟ ਜਿਨ੍ਹਾਂ ਨੂੰ ਫਾਈਨਾਂਸ ਗਵਰਨਮੈਂਟਾਂ ਕਰਦੀਆਂ ਨੇ ਉਹੀ ਸਟੂਡੈਂਟ ਜ਼ਿਆਦਾ ਲਿਆਉਂਦੇ ਨੇ ਸੋ ਪ੍ਰਾਈਵੇਟ ਕਾਲਜਸ ਨੂੰ ਤਾਂ ਖਾਮ-ਖਾਮ ਬਦਨਾਮ ਕੀਤਾ ਗਿਆ ਇਥੋਂ ਤੱਕ ਕਿ ਜਦੋਂ ਇਹ ਅਨਾਉਂਸਮੈਂਟ ਹੋਈ ਸੀ ਕੁਝ ਮਹੀਨੇ ਪਹਿਲਾਂ ਕੁਝ ਹਫ਼ਤੇ ਜਾਂ ਮਹੀਨੇ ਪਹਿਲਾਂ ਤਾਂ ਉਸ ਟਾਈਮ ਤੇ ਮਨਿਸਟਰ ਨੇ ਕਿਹਾ ਸੀ ਕਿ ਜਿਹੜੇ ਪ੍ਰਾਈਵੇਟ ਇੰਸਟੀਚੂਸ਼ਨਸ ਨੇ ਭਾਵੇਂ ਕੈਸ਼ ਕਾਉ ਨੇ ਪੱਪੀ ਮੇਲਜ਼ ਨੇ ਜਿਹੜੇ ਡਿਪਲੋਮੀਆਂ ਨੂੰ ਚਰਨ ਆਊਟ ਕਰ ਰਹੇ ਨੇ ਇਹ ਸਟੇਟਮੈਂਟ ਸੀ ਸੋ ਹੁਣ ਇਥੋਂ ਇਹ ਪ੍ਰੂਵ ਹੁੰਦਾ ਕਿ ਇਹ ਪ੍ਰਾਈਵੇਟ ਇੰਸਟੀਚੂਸ਼ਨ ਵੀ ਨੇ ਪਬਲਿਕ ਨਹੀਂ ਹੂੰ ਬਿਲਕੁਲੀ ਜੋ ਰੀਸੈਂਟ ਇਹ ਜਿਹੜੀ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਜਿਹਦੇ ਵਿੱਚ ਬਹੁਤਾਤ ਵਿੱਚ ਗਿਣਤੀ ਪਬਲਿਕ ਸੈਕਟਰਸ ਜਾਂ ਪਬਲਿਕ ਸਕੂਲਸ ਦੀ ਆ ਪਬਲਿਕ ਕਾਲਜਾਂ ਦੀ ਆ ਜਿਨ੍ਹਾਂ ਦੇ ਜ਼ਰੀਏ ਅੰਤਰਰਾਸ਼ਟਰੀ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਇਹ ਤੁਹਾਨੂੰ ਮੰਨੀਆਂ ਕੀ ਹੈ ਕਿ ਇਸ ਇਨਰ ਰਿਪੋਰਟ ਤੇ ਕਰਿਆਲ ਸਭ ਕੋਈ ਐਕਸ਼ਨ ਵੀ ਲਿਆ ਜਾਊਗਾ ਕਿ ਉਹ ਥੋੜੀ ਬਹੁਤੀ ਡੀਟੇਲ ਪ੍ਰਾਈਵੇਟ ਕਾਲਜਿਸ ਨੂੰ ਵਾਪਸ ਜਾਊਗੀ ਕਿ ਉਹ ਤਾਂ ਕੈਨੇਡਾ ਨੂੰ ਫਾਇਦਾ ਹੈ ਕਿ ਨੁਕਸਾਨ ਦੇਖੋ ਕੈਨੇਡਾ ਨੂੰ ਤਾਂ ਨੁਕਸਾਨ ਹੋਏਗਾ ਹੀ ਕਿਉਂਕਿ ਆਮ ਤੌਰ ਤੇ ਸਟੂਡੈਂਟਸ ਦੇ ਉੱਤੇ ਬਿਜ਼ਨੈਸਸ ਵੀ ਯੂਨੀਵਰਸਿਟੀਆਂ ਵੀ ਤੇ ਲੋਕੀ ਜਾਂ ਪਬਲਿਕ ਗਵਰਨਮੈਂਟ ਕਹੋ ਔਰ ਲਾਈ ਕਰਦੇ ਸੀਗੇ ਕਿ ਇਹ ਵਰਕਫੋਰਸ ਪ੍ਰੋਵਾਈਡ ਕਰਨਗੇ ਕਿਉਂਕਿ ਕੈਨੇਡਾ ਦੇ ਵਿੱਚ ਲੇਬਰ ਦੀ ਸ਼ਾਰਟੇਜ ਹੈ। ਹੂੰ ਫਿਰ ਹੁਣ ਜਦੋਂ ਅਸੀਂ ਇਹਦਾ ਫਾਇਦਾ ਨੁਕਸਾਨ ਦੇਖਦੇ ਆ ਹੁਣ ਜੇ ਗਵਰਨਮੈਂਟ ਨੇ ਅਨਾਉਂਸ ਕੀਤਾ ਕਿ 35% ਸਟੂਡੈਂਟ ਆਉਣ ਵਾਲੇ ਸਮੇਂ 'ਚ ਘਟ ਆਉਣਗੇ। ਉਹਨਾਂ ਤੇ ਰੋਕ ਥੰਮ ਲਾਈ ਗਈ ਹੈ। ਇਕੱਲੇ ਅਨਟੇਰੀਓ ਦੇ ਵਿੱਚ 50% ਸਟੂਡੈਂਟਸ ਘਟ ਆਉਣਗੇ। ਸੋ 1 ਲੱਖ ਸਟੂਡੈਂਟ ਅਨਟੇਰੀਓ ਦੇ ਵਿੱਚ ਘਟ ਆਏਗਾ। ਇੱਕ ਸਟੂਡੈਂਟ ਸਾਲਾਨਾ 20000 ਦੇ ਕਰੀਬ ਫੀਸ ਪੇ ਕਰਦਾ ਹੈ। ਸੋ ਇਹਦੇ ਨਾਲ 1.5 ਤੋਂ 2 ਬਿਲੀਅਨ ਡਾਲਰ ਨੇ ਜਿਹੜੇ ਅਨਟੇਰੀਓ ਦੇ ਇੰਸਟੀਚਿਊਸ਼ਨਸ ਨੂੰ ਘਟ ਮਿਲਣਗੇ। ਤੇ ਭਾਵੇਂ ਗਵਰਨਮੈਂਟ ਨੇ ਹੁਣ ਰੀਸੈਂਟਲੀ ਮੰਡੇ ਨੂੰ ਪ੍ਰੀਮੀਅਰ ਨੇ ਅਨਾਉਂਸ ਕੀਤਾ ਉਹਨਾਂ ਨੇ 1.3 ਮਿਲੀਅਨ ਡਾਲਰ 3 ਸਾਲਾਂ ਲਈ ਪਬਲਿਕ ਜਿਹੜੇ ਪੋਸਟ ਸੈਕੰਡਰੀ ਐਜੂਕੇਸ਼ਨ ਨੇ ਇੰਸਟੀਚੂਨਸ ਨੇ ਉਹਨਾਂ ਲਈ ਅਲੋਕੇਟ ਕੀਤਾ ਹਾਲਾਂਕਿ ਗਵਰਨਮੈਂਟ ਦੀ ਖੋਦੀ ਰਿਪੋਰਟ ਕਹਿੰਦੀ ਹੈ ਕਿ 2.5 ਮਿਲੀਅਨ ਡਾਲਰ ਦੇਣੇ ਚਾਹੀਦੇ ਨੇ ਸੋ ਗਵਰਨਮੈਂਟਾਂ ਕੋਲ ਪੈਸੇ ਨਹੀਂ ਪਰ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਫੰਡਿੰਗ ਤੋਂ ਵੀ ਰੋਕਿਆ ਜਾ ਰਿਹਾ ਹੂੰ ਬਿਲਕੁਲ ਠੀਕ ਹੈ ਜੀ ਇਜ਼ਰਾਈਲ ਹਮਾਸ ਜੰਗ ਤੋਂ ਬਾਅਦ ਬਹੁਤ ਤਰੀਕੇ ਦੀਆਂ ਜਿਹੜੀਆਂ ਸਥਿਤੀਆਂ ਨੇ ਬਦਲੀਆਂ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਫਲਸਤੀਨ ਦੇ ਹੱਕ ਦੇ ਵਿੱਚ ਸਨ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਗਏ ਇਜ਼ਰਾਈਲ ਦੇ ਖਿਲਾਫ ਫਲਸਤੀਨ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਅਮਰੀਕਾ ਦੇ ਵਿੱਚ ਵੀ ਵੱਡੇ ਪੱਦਰ ਦੇ ਉੱਤੇ ਪ੍ਰਦਰਸ਼ਨ ਹੋਏ ਅਮਰੀਕਾ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਵੱਡਾ ਸਪੋਰਟਰ ਹੈ ਇਜ਼ਰਾਈਲ ਦਾ ਜਿਸ ਤਰੀਕੇ ਨਾਲ ਸਾਰੇ ਕੁਸ਼ ਦੇ ਵਿੱਚ ਅਮਰੀਕਾ ਜਿਹੜਾ ਭੂਮਿਕਾ ਨਿਭਾਉਂਦਾ ਹੈ ਸਟੈਂਡ ਲੈਂਦਾ ਹੈ ਗਰੇਲ ਸਾਹਿਬ ਜਿਹੜੀ खबर ਤੁਹਾਡੇ ਕੋ ਹੁਣ ਜਾਣਨੀ ਆ ਚੀਜ਼ਾਂ ਬਹੁਤ ਨੇ ਕਿ ਹੁਣ ਸਥਿਤੀ ਕਿੱਥੇ ਕਿ ਪਹੁੰਚੀ ਆ ਪੀ ਸਟਾਕ ਦੀ ਗੱਲ ਚਲਦੀ ਪਈ ਹੈ ਸ਼ਾਇਦ ਕੱਲ ਵਾਲੇ ਪ੍ਰੋਗਰਾਮ ਚ ਅਸੀਂ ਹੁਣ ਪੀ ਸਟਾਕ ਦੀਆਂ ਗੱਲਾਂ ਵੀ ਕਰੀਏ ਕਿ ਜੋ ਫੈਸਲਾ ਹੋਇਆ ਹੁਣ ਆਸ ਕੀ ਆ ਕਿਆਸ ਕੀ ਲਗਾਏ ਜਾ ਰਹੇ ਨੇ ਪਰ ਅਮਰੀਕਾ ਇਜ਼ਰਾਈਲ ਦੀ ਕੰਡੀਸ਼ਨ ਕਿੱਥੇ ਖੜੀ ਆ ਕਿਉਂਕਿ ਇੱਕ ਵਾਕਿਆ ਜੋ ਹਾਲ ਵਿੱਚ ਹੋਇਆ ਖਬਰ ਬਣੀ ਜਿਹੜੀ ਇੱਕ ਵਿਅਕਤੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੇ ਆਪ ਨੂੰ ਅੱਗ ਲਾ ਲਈ ਜੀ ਪ੍ਰੋਟੈਸਟ ਕਰਨ ਦਾ ਕਿਦਾਂ ਦਾ ਤਰੀਕਾ ਯੂਜ਼ ਕੀਤਾ ਯੂਐਸਏ ਦਾ ਬੰਦਾ ਯੂਐਸਏ ਦੇ ਵਿੱਚ ਇਹ ਕੁਝ ਕੀਤਾ ਪਰ ਸੀ ਕੀ ਇਜ਼ਰਾਈਲੀ 엠ਬੈਸੀ ਕੀ ਹਕੀਕਤ ਸੀ ਇਹ ਸਾਰੇ ਕੁਛ ਸੀ ਦੇਖੋ ਇਹ ਇੱਕ ਵਿਅਕਤੀ ਸੀ ਯੂਐਸ 에어ਫੋਰਸ ਦਾ ਆਫੀਸਰ ਹੂੰ ਉਹਨੇ ਪ੍ਰੋਟੈਸਟ ਕਰਨਾ ਸੀਗਾ ਕਿਉਂਕਿ ਜਿਹੜਾ ਜੈਨੋਸਾਈਡ ਹੋ ਰਿਹਾ ਗਾਜ਼ਾ ਦੇ ਵਿੱਚ ਭਾਵੇਂ ਉਹਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਮਸਲਾ ਚੱਲ ਰਿਹਾ ਹੈ ਪਰ ਬਹੁਤ ਲੋਕ ਇਹਨੂੰ ਜੈਨੋਸਾਈਡ ਮੰਨਣ ਲਈ ਤਿਆਰ ਨਹੀਂ ਸੋ ਉਸ ਵਿਅਕਤੀ ਨੇ ਇਸ ਲਈ ਪ੍ਰੋਟੈਸਟ ਕਰਨ ਦੇ ਲਈ ਇਜ਼ਰਾਈਲ ਦੀ 엠ਬੈਸੀ ਦੇ ਸਾਹਮਣੇ ਵਾਕ ਕਰਕੇ ਗਿਆ ਪਹਿਲਾਂ ਉਹ ਲਾਈਵ ਸੀ ਫੋਨ ਦੇ ਉੱਤੇ ਇਹ ਉਹਨੇ ਕਿਹਾ ਕਿ ਮੈਂ ਪ੍ਰੋਟੈਸਟ ਕਰਨ ਜਾ ਰਿਹਾ ਤੇ ਆਪਣੇ ਆਪ ਨੂੰ ਅੱਗ ਲਾਉਣ ਜਾ ਰਿਹਾ ਸੋ ਜਦੋਂ ਇਜ਼ਰਾਈਲ ਦੀ ਐਂਬੈਸੀ ਦੇ ਗੇਟ ਦੇ ਸਾਹਮਣੇ ਪਹੁੰਚਿਆ ਤਾਂ ਉਹਨੇ ਆਪਣਾ ਫੋਨ ਪਰੇ ਰੱਖ ਦਿੱਤਾ ਬੋਟਲ ਦੇ ਵਿੱਚੋਂ ਪੈਟਰੋਲ ਕੱਢ ਕੇ ਆਪਣੇ ਆਪ ਨੂੰ ਅੱਗ ਲਾ ਲਿਆ ਉੱਥੋਂ ਦੇ ਸਿਕਿਉਰਿਟੀ ਮਸਲਾ ਲੋਕਾਂ ਨੇ ਵਿਅਕਤੀਆਂ ਨੇ EMPLOYEES ਨੇ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਜਦੋਂ ਉਹਨੂੰ ਹਸਪੀਟਲ ਲਿਜਾਇਆ ਗਿਆ ਤਾਂ ਉਹ ਦਮ ਤੋੜ ਗਿਆ ਸੋ ਇਹ ਦੱਸ ਰਹੀ ਹੈ ਸਥਿਤੀ ਕਿ ਕਿਸ ਤਰੀਕੇ ਦੇ ਨਾਲ ਲੋਕ ਪ੍ਰੋਟੈਸਟ ਕਰਨ ਦੇ ਲਈ ਇਸ ਇਜ਼ਰਾਈਲ ਗਾਜ਼ਾ ਦੀ ਲੜਾਈ ਤੋਂ ਪ੍ਰਭਾਵਿਤ ਨੇ ਮੈਂ ਖਾਲੀ ਵਿੱਚ ਸੈਟਲ ਸੀਗਾ ਗਰੈਲ ਸਾਹਿਬ ਮੈਂ ਉੱਥੇ ਦੇਖਿਆ ਕਿ ਲੋਕੀ ਫਲਸਤੀਨ ਨੂੰ ਬਚਾਉਣ ਦੇ ਗਾਜ਼ਾ ਨੂੰ ਬਚਾਉਣ ਲਈ ਨਹੀਂ ਰੋਕੀ ਰਫਾ ਨੂੰ ਬਚਾਉਣ ਵਾਸਤੇ ਪ੍ਰੋਟੈਸਟ ਕਰ ਰਹੇ ਸਨ ਉੱਤੇ ਫਲਸਤੀਨ ਦੇ ਪੱਖ ਦੇ ਲੋਕ ਸਨ ਪ੍ਰੋਟੈਸਟ ਕਰ ਰਹੇ ਸਨ ਕਿ ਰਫਾ ਨੂੰ ਛੱਡ ਦਿੱਤਾ ਜਾਏ ਰਫਾ ਕੀ ਹੈ ਪਹਿਲਾਂ ਤੁਸੀਂ ਦੱਸਿਓ ਕਿੱਥੋਂ ਦਾ ਹਿੱਸਾ ਹੈ ਫਲਸਤੀਨ ਦਾ ਕਿਉਂ ਉਹਦੇ ਬਾਬਤ ਪ੍ਰੋਟੈਸਟ ਕੀਤਾ ਜਾ ਰਿਹਾ ਫਲਸਤੀਨ ਨੂੰ ਬਚਾਉਣ ਦੀ ਗੱਲ ਕਿਉਂ ਨਹੀਂ ਸੀ ਹੋ ਰਹੀ ਪਰ ਹੁਣ ਸਿਚੁਏਸ਼ਨ ਕਿੱਥੇ ਕ ਪਹੁੰਚੀ ਹੈ ਕੀ ਲੱਗਦਾ ਪੀਸਟਾਕ ਦੇ ਵਿੱਚ ਕੀ ਹੋਏਗਾ ਜਿਹੜੀ ਲੈਂਡ ਅਕਵਾਇਰ ਕੀਤੀ ਉਹ ਵਾਪਸ ਹੋ ਜਾਏਗੀ ਕਿੰਨਾ ਹਿੱਸਾ ਇਜ਼ਰਾਈਲ ਦੇ ਹੱਕ ਚਾਏਗਾ ਕਿ ਕੋਈ ਨਵਾਂ ਫਲਸਤੀਨ ਬਣੇਗਾ ਉਹ ਕੀ ਸਾਰਾ ਮਸਲਾ ਜੀ ਦੇਖੋ ਜਿਹੜਾ ਏਜੀਪਟ ਦਾ ਬਾਰਡਰ ਆ ਤੇ ਪੈਲੇਸਟਾਈਨ ਦਾ ਬਾਰਡਰ ਆ ਤਾਂ ਉਥੇ ਇੱਕ ਸਮੁੰਦਰ ਦੇ ਕੰਢੇ ਇੱਕ ਸਟ੍ਰਿਪ ਆ ਉਹਨੂੰ ਗਾਜ਼ਾ ਸਟ੍ਰਿਪ ਕਹਿੰਦੇ ਨੇ ਆਪਾਂ ਉਹਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਆ ਗਾਜ਼ਾ ਸਟ੍ਰਿਪ ਦੇ ਨਾਰਥ ਦੇ ਵਿੱਚ ਪਹਿਲਾਂ ਇਜ਼ਰਾਈਲ ਨੇ ਅਟੈਕ ਕੀਤਾ ਲੋਕਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਮੂਵ ਕਰਕੇ ਸਾਊਥ ਚਲੇ ਜਾਣ ਜਦੋਂ ਸਾਊਥ ਚਲੇ ਗਏ ਤਾਂ ਉਹਨਾਂ ਨੂੰ ਹੋਰ ਪੁਸ਼ ਕਰਕੇ ਫਰਦਰ ਸਾਊਥ ਭੇਜਿਆ ਗਿਆ ਏਜੀਪਟ ਤੇ ਗਾਜ਼ਾ ਦੇ ਬਾਰਡਰ ਦੇ ਉੱਤੇ ਇੱਕ ਸ਼ਹਿਰ ਆਉਂ ਨੂੰ ਕਹਿੰਦੇ ਆ ਰਾਫਾ ਉੱਥੇ ਇੱਕ ਬਾਰਡਰ ਦਾ ਓਪਨਿੰਗ ਹੈ ਤੁਸੀਂ ਬਾਰਡਰ ਤੋਂ ਕਰਾਸ ਕਰਕੇ ਜਾ ਸਕਦੇ ਹੋ ਪਰ ਬਾਰਡਰ ਤਾਂ ਹੁਣ ਇਸ ਵੇਲੇ ਬੰਦ ਹੈ ਸੋ ਰਾਫਾ ਸ਼ਹਿਰ ਦੇ ਵਿੱਚ 1.5 ਮਿਲੀਅਨ ਦੇ ਕਰੀਬ ਲੋਕੀ ਉੱਥੇ ਇਕੱਠੇ ਹੋਏ ਹੋਏ ਨੇ ਕਿਉਂਕਿ ਉੱਥੇ ਰੈਫਿਊਜੀ ਕੈਂਪ ਵੀ ਕਈ ਨੇ ਜਿੱਥੇ ਪਹਿਲਾਂ ਯੂਨਾਈਟਿਡ ਨੇਸ਼ਨ ਦੇ ਰੈਫਿਊਜੀ ਕੈਂਪਾਂ ਦੇ ਵਿੱਚ ਲੋਕ ਰਹਿੰਦੇ ਸਨ ਸੋ ਰਾਫਾ ਦੇ ਵਿੱਚ ਇਸ ਵੇਲੇ ਭੀੜ ਭੜੱਕੇ ਦੇ ਵਿੱਚ ਲੋਕ ਬੈਠੇ ਨੇ ਉੱਥੇ ਵੀ ਹਾਲਾਂਕਿ ਅਟੈਕ ਹੋ ਰਹੇ ਨੇ ਮਰ ਰਹੇ ਨੇ ਤੁਹਾਨੂੰ ਪਤਾ ਕਿ ਇਜ਼ਰਾਈਲ ਦੇ ਵਿੱਚ ਸੌਰੀ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਤਕਰੀਬਨ 30 ਹਜ਼ਾਰ ਦੇ ਕਰੀਬ ਲੋਕੀ ਮਾਰ ਦਿੱਤੇ ਨੇ 70 ਹਜ਼ਾਰ ਦੇ ਕਰੀਬ ਲੋਕੀ ਚਖਮੀ ਨੇ ਹੂੰ ਸੋ ਹੁਣ ਐਸੋ ਮੀਡੀਏਸ਼ਨ ਚੱਲ ਰਹੀ ਹੈ ਉਹਦੇ ਵਿੱਚ ਇਜ਼ਰਾਈਲ ਦੇ ਰੈਪ੍ਰੈਜ਼ੈਂਟੇਟਿਵ ਅਮਰੀਕਾ ਦੇ ਰੈਪ੍ਰੈਜ਼ੈਂਟੇਟਿਵ ਏਜੀਪਟ ਤੇ ਕਤਰ ਦੇ ਰੈਪ੍ਰੈਜ਼ੈਂਟੇਟਿਵ ਫਿਰ ਹਮਾਸ ਦੇ ਰੈਪ੍ਰੈਜ਼ੈਂਟੇਟਿਵ ਇਹ ਨੈਗੋਸ਼ੀਏਸ਼ਨ ਚੱਲ ਰਹੀ ਹੈ ਨੈਗੋਸ਼ੀਏਸ਼ਨ ਤੋਂ ਇਦਾਂ ਲੱਗ ਰਿਹਾ ਹੈ ਕਿ ਸ਼ਾਇਦ ਕੁਝ ਮੰਡੇ ਤੱਕ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਕਹਿਣ ਮੁਤਾਬਕ ਹੋ ਸਕਦਾ ਮੰਡੇ ਤੱਕ ਸੀਜ਼ਫਾਇਰ ਡਿਕਲੇਅਰ ਕੀਤੀ ਜਾ ਸਕੇ ਤੇ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਕੰਡੀਸ਼ਨਸ ਨੇ ਕਈ ਤਰ੍ਹਾਂ ਦੇ ਗੈਪਸ ਨੇ ਜਿਹੜੇ ਹਜੇ ਨੇੜੇ ਨਹੀਂ ਹੋਏ ਉਹਨਾਂ ਦੇ ਵਿੱਚੋਂ ਏਡ ਦੇ ਟਰੱਕ ਬਿਮਾਰ ਲੋਕਾਂ ਨੂੰ ਕਿੱਥੇ ਲੈ ਜਾਣਾ ਕਿੰਨੇ ਪ੍ਰਿਜ਼ਨਰ ਪਿੱਛੇ ਕਿੰਨੇ ਹੋਸਟੇਜਸ ਛੜਨੇ ਨੇ ਕਿਉਂਕਿ ਅਜੇ ਵੀ 134 ਹੋਸਟੇਜਸ ਹਮਾਸ ਦੇ ਕਬਜ਼ੇ 'ਚ ਨੇ 7 ਅਕਤੂਬਰ ਤੋਂ ਬਾਅਦ ਦੇ ਤੇ ਫਿਰ ਜਿਹੜੀ ਮਸ਼ੀਨਰੀ ਲਿਆਉਣੀ ਉਹ ਕਿਸ ਤਰੀਕੇ ਨਾਲ ਡੀਲ ਕਰਨੀ ਹੈ ਹਮਾਸ ਵਾਲੇ ਕੁਝ ਹੋਰ ਮੰਗਾਂ ਕਰ ਰਹੇ ਨੇ ਅਜੇ ਦੂਰ ਨੇ ਸੋ ਜਦੋਂ ਪ੍ਰਧਾਨ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਕਿ ਮੰਡੇ ਤੱਕ ਮੀਡੀਏਸ਼ਨ ਦਾ ਸੀਜ਼ਫਾਇਰ ਹੋ ਜਾਏਗੀ ਤਾਂ ਦੋਨੋਂ ਪੱਖਾਂ ਦੇ ਜਿਹੜੀਆਂ ਪਾਰਟੀਆਂ ਨੇ ਹਮਾਸ ਨੇ ਕਿਹਾ ਕਿ ਇਟ ਇਜ਼ ਟੂ ਆਪਟਿਮਿਸਟਿਕ ਬਾਈਡਨ ਦਾ ਹੈ ਡਿਸੀਜਨ ਪ੍ਰੀਮਚੂਰ ਹੈ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇ ਕਿਹਾ ਕਿ ਡਿਲੂਜੀਨਸ ਹੈ ਤੇ ਡਿਮਾਂਡ ਨੇ ਜਿਹੜੀਆਂ ਇਦਾਂ ਲੱਗ ਰਿਹਾ ਕਿਸੇ ਹੋਰ ਪਲੈਨਟ ਤੋਂ ਨਹੀਂ ਧਰਤੀ ਤੋਂ ਨਹੀਂ ਹੈ ਉਹ ਉਹਨਾਂ ਨੇ ਵੀ ਕਿਹਾ ਕਿ ਇਦਾਂ ਲੱਗ ਰਿਹਾ ਕਿ ਜਿੰਨਾ ਚਿਰ ਉਹ ਹਮਾਸ ਨੂੰ ਐਲੀਮੀਨੇਟ ਨਹੀਂ ਕਰ ਲੈਂਦੇ ਉਹਨਾਂ ਚਿਰ ਇਹ ਜਿਹੜਾ ਅਟੈਕ ਦੀ ਥ੍ਰੈਟ ਆ ਉਹ ਜਾਰੀ ਰਹੇਗੀ ਸੋ ਇਸ ਤਰ੍ਹਾਂ ਜਿਹੜੀ ਇਹ ਸਥਿਤੀ ਹੈ ਇਦਾਂ ਲੱਗ ਰਿਹਾ ਕਿ ਇਜ਼ਰਾਈਲ ਤੇ ਹਮਾਸ ਦੇ ਵਿੱਚ ਹਜੇ ਅਸਰ ਤਾਂ ਨਹੀਂ ਨਜ਼ਰ ਆ ਰਿਹਾ ਪਰ ਇੱਕ ਦਿਨ ਇਹ ਜ਼ਰੂਰ ਮੀਡੀਏਸ਼ਨ ਹੋਏਗੀ ਕਾ ਸ਼ਾਇਦ ਜਲਦੀ ਹੋ ਜਾਵੇ ਪਰ ਲੋਕ ਵੀ ਨਹੀਂ ਚਾਹੁੰਦੇ ਕਿ ਮੀਡੀਏਸ਼ਨ ਜਿਹੜੀ ਉਹ ਟੈਂਪਰੇਰੀ ਸੀਜ਼ਫਾਇਰ ਦੀ ਹੋਵੇ ਲੋਕ ਚਾਹੁੰਦੇ ਨੇ ਕਿ ਪਰਮਾਨੈਂਟ ਫੀਸਫਾਇਰ ਸੀਜ਼ਫਾਇਰ ਹੋਵੇ ਸਦਾ ਵਾਸਤੇ ਇਹ ਚੀਜ਼ ਬੰਦ ਹੋਏ ਬਿਲਕੁਲ ਥੋੜੇ ਸਮੇਂ ਵਾਸਤੇ ਨਹੀਂ ਅੱਛਾ ਅਮਰੀਕਾ ਕਿਦਾਂ ਦਾ ਰੋਲ ਇਹਦੇ ਵਿੱਚ ਪਲੇ ਕਰ ਰਿਹਾ ਜੀ ਨਾਲੇ ਹੁਣ ਜ਼ਮੀਨੀ ਹੱਕ ਜਿਹੜਾ ਇਸ ਵਕਤ ਇਜ਼ਰਾਈਲ ਦੇ ਕਬਜ਼ੇ ਚਾ ਕੀ ਉਹ ਕਬਜ਼ੇ ਚ ਰਹੂਗਾ ਜਾਂਦੇ ਬਾਬਤ ਵੀ ਕੋਈ ਸੰਧੀ ਹੋਣ ਦੀ ਆਸਮਿਤ ਹੈਗੀ ਆ ਉਹ ਦੇਖੋ ਇਹ ਇੱਕ ਬੜਾ ਇੰਪੋਰਟੈਂਟ ਕੁਐਸਚਨ ਆ ਤੁਹਾਡਾ ਪਹਿਲਾਂ ਤਾਂ ਜਿਹੜੀ ਜੇ ਅਸੀਂ ਦੇਖਿਆ ਨਾ ਕੈਰਟ ਐਂਡ ਸਟਿਕ ਅਪਰੋਚ ਪਹਿਲਾਂ ਤਾਂ ਸਟਿਕ ਅਪਰੋਚ ਸੀਗੀ ਕਿ ਵੈਪਨਸ ਦੇ ਨਾਲ ਹਮਾਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਦੋਂ ਹੁਣ ਇਹ ਪਰੂਵ ਹੋ ਚੁਕੇ ਆ ਕਿ ਹਮਾਸ ਅਜੇ ਤੱਕ ਇਜ਼ਰਾਇਲ ਤੋਂ ਖਤਮ ਨਹੀਂ ਹੋ ਰਿਹਾ ਤੇ ਸ਼ਾਇਦ 30% ਹਮਾਸ ਖਤਮ ਹੋਇਆ 70% ਅਜੇ ਅਲਾਈਵ ਹੈ ਉਹਨਾਂ ਦੇ ਬਹੁਤ ਵਿਅਕਤੀ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬੈਠੇ ਨੇ ਤੇ ਉਹ ਫੇਰ ਵਾਪਸ ਵੀ ਉੱਥੇ ਜਾ ਸਕਦੇ ਨੇ ਸੋ ਹੁਣ ਕੈਰਟ ਅਪਰੋਚ ਸ਼ੁਰੂ ਹੋਣ ਲੱਗੀ ਹੈ ਨਾਲੇ ਦੁਨੀਆ ਦੇ ਪ੍ਰੋਟੈਸਟ ਬੜੀ ਜਗ੍ਹਾ ਤੇ ਹੋ ਰਹੇ ਨੇ ਸਾਊਥ ਅਫਰੀਕਾ ਹੋਰ ਕਈ ਕੰਟਰੀਜ਼ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇਸ਼ੂ ਲੈ ਕੇ ਗਏ ਨੇ ਸੋ ਹੁਣ ਕੈਰਟ ਅਪਰੋਚ ਇਹ ਹੈ ਕਿ ਟੂ ਸਟੇਟ ਸੋਲੂਸ਼ਨ ਕਿ ਪੈਲੇਸਟਾਈਨ ਡਿਫਰੈਂਟ ਕੰਟਰੀ ਹੈ ਇਜ਼ਰਾਈਲ ਡਿਫਰੈਂਟ ਕੰਟਰੀ ਹੈ ਪੈਲੇਸਟਾਈਨ ਨੂੰ ਪਹਿਲਾਂ ਇੱਕ ਕੰਟਰੀ ਬਣਦੇ ਲਈ ਬੜੀ ਬੜੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਇਹ ਇਸ ਇਸ਼ੂ ਨੂੰ ਰੋਕਿਆ ਜਾ ਚੁੱਕਿਆ ਹੁਣ ਤੱਕ ਪਰ ਹੁਣ ਟੂ ਸਟੇਟ ਸੋਲੂਸ਼ਨ ਹੈ ਜਿਹੜਾ ਇਹ ਸਾਹਮਣੇ ਆਉਂਦਾ ਨਜ਼ਰ ਆ ਰਿਹਾ ਹੈ ਇਹਦੇ ਤਹਿਤ ਅਮਰੀਕਾ ਨੇ ਜ਼ੋਰ ਪਾ ਕੇ ਪੈਲੇਸਟਿਨियन ਅਥਾਰਟੀ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਕਿਹਾ ਕਿ ਉਹ ਰਿਜ਼ਾਈਨ ਕਰ ਦੇਣ ਤੇ ਉਹਨਾਂ ਦੀ ਗਵਰਨਮੈਂਟ ਸਾਰੀ ਰਿਜ਼ਾਈਨ ਕਰ ਦੇਵੇ ਉਹਨਾਂ ਦੇ ਜਿਹੜਾ ਪੈਲੇਸਟਿਨियन ਅਥਾਰਟੀ ਹੈ ਉਹਨਾਂ ਦੇ ਪ੍ਰਾਈਮ ਮਿਨਿਸਟਰ ਇਹ ਉਹਨਾਂ ਦੀ ਗਵਰਨਮੈਂਟ ਨੇ ਰਜ਼ਾਈਨ ਕਰ ਦਿੱਤਾ ਆਲਰੇਡੀ ਤੇ ਹੁਣ ਇਦਾਂ ਲੱਗ ਰਿਹਾ ਕਿ ਇਜ਼ਰਾਈਲ ਇਹ ਚਾਹੁੰਦਾ ਹੈ ਕਿ ਜਿਹੜਾ ਗਾਜ਼ਾ ਸਟ੍ਰਿਪ ਆ ਜਾਂ ਪੈਲੇਸਟਾਈਨ ਅਥਾਰਟੀ ਦਾ ਏਰੀਆ ਹੈ ਉਹਦੇ ਤੇ ਜਿਆਦਾ ਜਿਹੜਾ ਸਿਕਿਉਰਟੀ ਵਾਲਾ ਕੰਟਰੋਲ ਆ ਇਜ਼ਰਾਈਲ ਦਾ ਰਵੇ ਪਹਿਲਾਂ ਤਾਂ ਇਜ਼ਰਾਈਲ ਕਹਿੰਦਾ ਸੀ ਕਿ ਸਾਰਾ ਹੀ ਕੰਟਰੋਲ ਉਹਨਾਂ ਕੋਲ ਚਾਹੀਦਾ ਤੇ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਅਪਰੋਚ ਕੰਟਰੋਲ ਹੈ ਉਹ ਪੈਲੇਸਟਿਨियन ਅਥਾਰਟੀ ਨੂੰ ਦਿੱਤਾ ਜਾਵੇ ਪਰ ਅਮਰੀਕਾ ਇਹ ਚਾਹੁੰਦਾ ਹੈ ਕਿ ਪੈਲੇਸਟਿਨियन ਅਥਾਰਟੀ ਕੋਲੇ ਪ੍ਰੋਪਰ ਅਥਾਰਟੀ ਹੋਵੇ ਉਨਾ ਕੋਲੇ ਪਾਵਰ ਹੋਵੇ ਤਾਂ ਕਿ ਉਹ ਗਾਜ਼ਾ ਨੂੰ ਤੇ ਪੈਲੇਸਟਾਈਨ ਨੂੰ ਕੰਟਰੋਲ ਕਰ ਸਕਣ ਐਜ਼ ਏ ਡਿਫਰੈਂਟ ਕੰਟਰੀ ਸੋ ਜੇ ਇਹ ਸੋਲੂਸ਼ਨ ਬਣ ਜਾਂਦਾ ਤਾਂ ਸ਼ਾਇਦ ਇਹ ਇੱਕ ਲੌਂਗ ਟਰਮ ਸੋਲੂਸ਼ਨ ਹੋਵੇ ਬਿਲਕੁਲ ਠੀਕ ਹੈ ਜੀ ਅੱਛਾ ਯੂਐਸ ਕੀ ਕਰੇਗਾ ਜੀ ਹੁਣ ਕੀ ਤਾਂ ਸਾਥ ਦੇਗਾ ਫਿਰ ਦੇਖੋ ਯੂਐਸ ਸਾਥ ਤਾਂ ਇਜ਼ਰਾਈਲ ਦਾ ਦੇਗਾ ਪਰ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਪੌਪੁਲਾਰਿਟੀ ਘਟ ਰਹੀ ਹੈ ਕਿਉਂਕਿ ਇਜ਼ਰਾਈਲ ਦੇ ਇਸ਼ੂ ਦੇ ਵਿੱਚ ਯੂਕਰੇਨ ਦੇ ਵਿੱਚੋਂ ਸਥਿਤੀ ਤੋਂ ਆਊਟ ਆਫ ਕੰਟਰੋਲ ਹੋਣ ਨਾਲ ਇਦਾਂ ਦੀ ਸਥਿਤੀ ਬਣ ਚੁੱਕੀ ਹੈ ਕਿ ਲੋਕੀ ਐਕਸਪੈਕਟ ਕਰਦੇ ਨੇ ਕਿ ਹਿਊਮਨਿਟੇਰੀਅਨ ਐਸਪੈਕਟ ਦੇ ਨਾਲ ਜੋ ਹੋ ਰਿਹਾ ਬਹੁਤ ਵਧیکی ਹੋ ਰਹੀ ਹੈ ਨਹੀਂ ਹੋਣੀ ਚਾਹੀਦੀ ਜਿਹੜੇ 2-2 ਸਾਲ ਦੇ 3-3 4-4 ਸਾਲ ਦੇ ਬੱਚੇ ਨੇ ਔਰਤਾਂ ਨੇ ਉਹ ਇਸ ਤਰੀਕੇ ਨਾਲ ਮਰ ਰਹੇ ਨੇ ਉਹਨਾਂ ਦੇ ਆਪਰੇਸ਼ਨਸ ਹੋ ਰਹੇ ਨੇ ਐਂਪਿਊਟੇਸ਼ਨ ਹੋ ਰਹੀ ਹੈ ਵਿਦਆਊਟ ਐਨੈਸਥੀਸ਼ੀਆ ਕੋਈ ਦਵਾਈਆਂ ਨਹੀਂ ਪਾਣੀ ਨਹੀਂ ਫੂਡ ਨਹੀਂ ਉਹ ਪੱਤੇ ਖਾ ਖਾ ਕੇ ਗੁਜ਼ਾਰਾ ਕਰ ਰਹੇ ਨੇ ਤੇ ਉਹਨਾਂ ਲੋਕਾਂ ਦੇ ਜਿਹੜੇ ਹਿਊਮਨ ਰਾਈਟਸ ਨੇ ਉਹ ਕੰਪਲੀਟ ਵਾਇਲੇਸ਼ਨ ਹੈ ਤੇ ਭਾਵੇਂ ਅ ਇਹ 2024 ਦਾ ਸਾਲ ਚੱਲ ਰਿਹਾ ਇਸ ਤਰੀਕਾ ਦੇ ਇਸ ਤਰੀਕੇ ਦੇ ਜਿਹੜੇ ਹਾਲਾਤ ਨੇ ਉਹ ਕਦੇ ਦੁਨੀਆ ਦੇ ਵਿੱਚ ਪਹਿਲਾਂ ਨਜ਼ਰ ਨਹੀਂ ਆਏ ਕਿ ਇਸ ਤਰੀਕੇ ਨਾਲ ਲੋਕਾਂ ਨੂੰ ਇਨੇ ਲੰਬੇ ਸਮੇਂ ਤੋਂ ਇੱਕ ਦੇਸ਼ ਵੱਲੋਂ ਦੂਜੇ ਦੇਸ਼ ਦੇ ਉੱਤੇ ਅਤਿਆਚਾਰਕ ਤਰੀਕੇ ਨਾਲ ਮਾਰਿਆ ਜਾ ਸਕੇ ਬਿਲਕੁਲ ਠੀਕ ਹੈ ਜੀ ਗਰਲ ਸਾਹਿਬ ਤੁਸੀਂ ਦੇਖੋ ਕਿ ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋਏ ਇਜ਼ਰਾਈਲ ਦੇ ਖਿਲਾਫ ਮੈਂ ਤਾਂ ਕਹਾਂ ਸ਼ਾਇਦ ਹੀ ਕੋਈ ਅਸੀਂ ਕੈਨੇਡਾ ਦੇ ਵਿੱਚ ਕਈ ਥਾਵਾਂ ਤੇ ਦੇਖਿਆ ਅਮਰੀਕਾ ਦੇ ਵਿੱਚ ਦੇਖਿਆ ਬਹੁਤ ਸਾਰੇ ਥਾਵਾਂ ਤੇ ਜਿਹੜੇ ਹੇਟ ਕਰਾਈਮ ਵੀ ਉਹਦੇ ਕਰਕੇ ਨਸਲੀ ਵਿਤਕਰੇ ਵੀ ਸ਼ੁਰੂ ਹੋ ਚੁੱਕੇ ਪਰ ਜਦੋਂ ਜਿਸ ਕੋਈ ਵੀ ਜਦੋਂ ਤਾਕਤ ਜਿਹੜੀ ਪਾਵਰ ਚ ਉਹਨੇ ਜਦੋਂ ਕੋਈ ਕੰਮ ਕਰਨਾ ਆ ਉਹ ਫਿਰ ਲੋਕ ਕਿੰਨਾ ਕੁ ਵਿਦਰੋਹ ਕਰਦੇ ਨੇ ਕਿਸ ਪੱਧਰ ਤੇ ਕਰਦੇ ਨੇ ਉਹ ਕਿੰਨਾ ਕੁ ਅਸਰ ਤੁਹਾਨੂੰ ਲੱਗਦਾ ਚੀਜ਼ਾਂ ਪਾਉਂਦੀਆਂ ਹੋਣਗੀਆਂ ਦੇਖੋ ਲੋਕਾਂ ਦਾ ਜਿਹੜਾ ਪ੍ਰੋਟੈਸਟ ਆ ਆਵਾਜ਼ ਦਾ ਜ਼ਰੂਰ ਲੋਕਾਂ ਦੀ ਆ ਕਹਿੰਦੇ ਨੇ ਕਿ ਰੱਬ ਤੋਂ ਥੱਲੇ ਪਬਲਿਕ ਲੋਕ ਨੇ ਹੂੰ ਹੂੰ ਇਹ ਲੋਕਾਂ ਨੇ ਹੀ ਆਪਣੇ ਜਿਹੜੇ ਅਧਿਕਾਰੀ ਨੇ ਜਾਂ politicans ਨੇ ਉਹਨਾਂ ਨੂੰ ਚੁਣਿਆ ਹੁੰਦਾ ਪਰ ਲੋਕਾਂ ਦੀ ਆਵਾਜ਼ ਅਕਸਰ ਦਬਾਈ ਜਾਂਦੀ ਹੈ ਜਾਂ ਉਹਨਾਂ ਨੂੰ ਝੂਠ ਫਰੇਬ ਜਾਂ ਸੋਸ਼ਲ ਮੀਡੀਆ 'ਚ ਐਡਵਰਟਾਈਜ਼ਮੈਂਟ ਆਪਣੇ ਗਵਰਨਮੈਂਟ ਇੰਸਟੀਚਿਊਸ਼ਨ ਯੂਜ਼ ਕਰਕੇ ਲੋਕਾਂ ਦੀ ਆਵਾਜ਼ ਨੂੰ ਉਸ ਲੈਵਲ ਤੇ ਨਹੀਂ ਸੁਣਿਆ ਜਾਂਦਾ ਜਾਂ ਉਹ ਤੇ ਨਹੀਂ ਐਕਸ਼ਨ ਲਿਆ ਜਾਂਦਾ ਜਿਸ ਤਰੀਕੇ ਨਾਲ ਚਾਹੀਦਾ ਪ੍ਰੋਟੈਸਟ ਬਹੁਤ ਹੋ ਰਹੇ ਨੇ ਪਰ ਜਦੋਂ ਮਾਸ ਲੈਵਲ ਤੇ ਪ੍ਰੋਟੈਸਟ ਹੋਣਗੇ ਫਿਰ ਗਵਰਨਮੈਂਟਾਂ ਝੁਕਦੀਆਂ ਨੇ ਸੋ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਜਿਹੜਾ ਡਿਸੀਜਨ ਆਉਣੇ ਨੇ ਸ਼ਾਇਦ ਉਹਦੇ ਨਾਲ ਵੀ ਪਬਲਿਕ opinion ਮੋਟਾ ਸਟਰੋਂਗ ਬਣੇ ਕੰਸੈਂਸਸ ਬਿਲਡ ਹੋਵੇ ਤੇ ਪੋਲੀਟੀਸ਼ੀਨ ਉਹ ਤੇ ਐਕਸ਼ਨ ਲੈ ਸਕਣ ਹੂੰ ਬਿਲਕੁਲ ਠੀਕ ਤੁਹਾਡੀ ਗੱਲ ਗਰਲ ਸਾਹਿਬ ਤੁਹਾਡਾ ਅੱਜ ਲਈ ਪ੍ਰੋਗਰਾਮ ਚ ਜੁੜਨ ਵਾਸਤੇ ਬਹੁਤ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਤੁਸੀਂ ਬਹੁਤ ਸਾਰੀਆਂ ਖਬਰਾਂ ਦਿੱਤੇ ਜਾਣਕਾਰੀ ਦਿੱਤੀਆਂ ਥੈਂਕ ਯੂ